ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ। ਮੈਂ ਹਾਂ ਸੰਗਤਾਰ। ਪੰਜਾਬੀ ਪੋਡਕਾਸਟ ਦੇ ਇਸ ਹਫ਼ਤੇ ਵਾਲੇ ਐਪੀਸੋਡ ਦੇ ਵਿੱਚ ਆਪਾਂ ਗੱਲਬਾਤ ਕੀਤੀ ਆ ਮਨਮੋਹਣ ਵਾਰਸ ਹੁਣਾਂ ਦੇ ਨਾਲ। ਬਹੁਤ ਹੀ ਅਸੀਂ ਆਪਣੀਆਂ ਪੁਰਾਣੀਆਂ ਯਾਦਾਂ ਕੱਢ ਕੇ ਲਿਆਂਦੀਆਂ। ਉਹਨਾਂ ਨੇ ਵੀ ਕੁਛ ਕਿੱਸੇ ਸੁਣਾਏ ਆ, ਮੈਂ ਵੀ ਕੁਛ ਸੁਣਾਏ ਆ। ਆਪਣੇ ਬਚਪਨ ਦੀਆਂ ਗੱਲਾਂ ਅਸੀਂ ਕੀਤੀਆਂ ਅਤੇ ਕੈਰੀਅਰ ਦੇ ਮੁੱਢਲੇ ਦਿਨਾਂ ਦੀਆਂ ਗੱਲਾਂ ਕੀਤੀਆਂ। ਬਹੁਤ ਹੀ ਸੋਹਣੀਆਂ ਗੱਲਾਂ ਨੇ। ਇਸ ਪੋਡਕਾਸਟ ਨੂੰ ਆਪਣੇ ਕਿਸੇ ਨਾ ਕਿਸੇ ਮਿੱਤਰ ਦੋਸਤ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਿਓ। ਅਤੇ ਆਓ ਜੀ ਸ਼ੁਰੂ ਕਰਦੇ ਹਾਂ ਪੰਜਾਬੀ ਪੋਡਕਾਸਟ। ਕੀ ਕਰਦੇ ਫਿਰ ਅੱਜ? ਕਰਦੇ ਤਾਂ ਉਹੀ ਆ ਜੋ ਕੁਛ ਰੋਜ਼ ਹੀ ਕਰਦੇ ਹਾਂ। ਪਰ ਮੈਨੂੰ ਨਾ ਇੱਕ ਗੱਲ ਯਾਦ ਆਈ ਥੋੜੇ ਸਾਲ ਪੁਰਾਣੀ। ਹਾਂ, ਤੇ ਸਾਨੂੰ ਨਾ ਜਿੱਦਾਂ ਸਰੀ ਦੇ ਦੋਸਤ ਸੀਗੇ ਸੱਤੀ ਕੰਕ ਨਾਲ ਗੱਲ ਕਰਦੇ ਕੋਈ ਆਪਣੀ ਲਾਈਨ ਨਾਲ, ਤੇ ਉਹ ਕਹਿੰਦੇ ਮਨਮੋਹਣ ਹੁਣੀ ਹੁਣ ਸ਼ੋਅ ਕਿੱਥੇ ਕਰਦੇ ਆ? ਉਹ ਕਹਿੰਦਾ ਆਸਟ੍ਰੇਲੀਆ ਉਹਨਾਂ ਨੇ ਅਕਤੂਬਰ 'ਚ ਜਾਣਾ ਅਤੇ ਇੰਗਲੈਂਡ ਦੇ ਸੀਗੇ ਅਪ੍ਰੈਲ ਮਈ 'ਚ। ਹਾਂਜੀ, ਹੁਣ ਤਾਂ ਹੈ ਨਹੀਂ ਕੁਛ ਵੀ ਕਰਦੇ। ਕਹਿੰਦੇ ਕੁਛ ਵੀ ਨਹੀਂ ਕਰਦੇ? ਕਹਿੰਦਾ ਨਹੀਂ ਹੁਣ ਤਾਂ ਹੈ ਨਹੀਂ ਸ਼ੋਅ। ਕੁਛ ਵੀ ਨਹੀਂ ਕਰਦੇ? ਕਹਿੰਦਾ ਨਹੀਂ ਕੁਛ ਨਹੀਂ ਕਰਦੇ, ਕੁਛ ਵੀ ਨਹੀਂ ਕਰਦੇ। ਕਹਿੰਦਾ ਕੀ ਗੱਲ, ਤੁਹਾਨੂੰ ਕੀ ਫਿਕਰ ਪੈ ਗਿਆ? ਕਹਿੰਦੇ ਯਾਰ ਬਾਕੀ ਤਾਂ ਕੋਈ ਨਹੀਂ, ਫਿਰ ਨਾ ਕਰਨਾ ਹੀ ਤਾਂ ਇਹ ਸੋਚਦੇ ਵੀ ਦਿਨ ਕਿੱਦਾਂ ਉਹਨਾਂ ਦਾ ਗੁਜ਼ਰਦਾ ਹੋਊਗਾ ਸਾਰਾ। ਮੈਨੂੰ ਇੱਧਰ ਮੁੜੇ ਇੱਕ ਛੋਟੀ ਜਿਹੀ ਗੱਲ ਯਾਦ ਆ ਗਈ, ਉਹ ਤੈਨੂੰ ਵੀ ਚੇਤਾ ਹੀ ਹੋਣਾ। ਜਿਹੜਾ ਵਿਨੀ ਪੈਗ ਸਾਡੇ ਕੋਲ ਇੱਕ ਬੰਦਾ ਆ ਗਿਆ ਸੀਗਾ, ਦੇਖ ਲਾ ਵਿਨੀ ਪੈਗ ਦੇ ਜਾਣੀ ਕਿ ਕਿੰਨੇ ਸੱਜਣ ਸਾਨੂੰ ਪਿਆਰ ਕਰਦੇ ਆ, ਮਨਦੀਪ ਹੁਣੀ ਕਿੰਨਾ ਪਿਆਰ ਕਰਦੇ ਆ। ਤੇ ਪਰ ਜਦੋਂ ਤੂੰ ਕਿਹਾ ਕਿ ਵਿਨੀ ਪੈਗ ਦੇ ਬੰਦੇ ਜਿਹੜੇ ਹੋਟਲ 'ਚ ਆ ਗਏ, ਉਹ ਕਿਉਂਕਿ ਗੱਲ ਅਸੀਂ ਇੱਕ ਦੂਜੇ ਨਾਲ ਸਾਂਝੀ ਬਹੁਤ ਵਾਰੀ ਕੀਤੀ ਆ, ਇਸ ਕਰਕੇ ਮੈਂ ਪਹਿਲਾਂ ਹੀ ਸਮਝ ਗਿਆ ਵੀ ਕੌਣ ਵਾ, ਹਨਾ। ਗੁਰਪ੍ਰੀਤ ਘੁੱਗੀ ਹੁਣੀ ਵੀ ਨਾਲ ਸੀ, ਅਸੀਂ ਹੱਸਦੇ ਖੇਡਦੇ ਸੀਗੇ, ਬਹੁਤ ਜ਼ਿਆਦਾ ਸ਼ੁਗਲ ਚੱਲਦੇ ਸੀਗੇ। ਹਾਂਜੀ ਹਾਂਜੀ। ਤੇ ਘਰੋਂ ਫੋਨ ਆ ਗਿਆ ਤੇ ਉਹ ਕਹਿੰਦਾ ਯਾਰ ਮੇਰੇ ਮੁੰਡੇ ਦੀ ਕਲਾਸ ਵਾ, ਹੁਣ ਮੈਂ ਉਹਨੂੰ ਉੱਧਰ ਛੱਡਣ ਜਾਣਾ ਸੀ, ਤੇ ਵਾਈਫ ਮੇਰੀ ਸਿੱਕ ਹੋ ਗਈ, ਉਹ ਹੁਣ ਠੀਕ ਨਹੀਂ ਹੈਗੀ, ਤੇ ਉੱਧਰ ਮੈਨੂੰ ਕੰਮ ਆ, ਤੁਹਾਡੇ ਨਾਲ ਡਿਊਟੀ ਲਾਈਓ। ਕਹਿੰਦਾ 100 ਪੰਗੇ ਆ, ਤੁਸੀਂ ਯਾਰ ਚੰਗੇ ਆ, ਕਹਿੰਦਾ ਦੇਖ ਲੈ ਤੁਹਾਨੂੰ ਕੋਈ ਪੰਗਾ ਨਹੀਂ। ਫਿਰ ਅਸੀਂ ਕਿਹਾ ਸੀ, ਕਹਿੰਦਾ ਅਸੀਂ ਕਿਹਾ ਹਾਂਜੀ ਹਾਂਜੀ ਸਾਨੂੰ ਕੋਈ ਪੰਗਾ ਨਹੀਂ, ਨਾ ਸਾਡੇ ਮੁੰਡੇ ਨੇ ਕਿਸੇ ਕਲਾਸ 'ਤੇ ਜਾਣਾ ਹੁੰਦਾ, ਨਾ ਉਹਨੇ ਪੜ੍ਹਨਾ ਹੁੰਦਾ, ਨਾ ਅਸੀਂ ਕਦੇ ਸਿੱਖ ਹੁੰਦੇ ਹਾਂ, ਨਾ ਸਾਨੂੰ ਕਦੇ ਕੰਮ ਹੁੰਦਾ। ਸੋ ਜਿਹੜੇ ਸਾਡੇ ਚਾਹੁਣ ਵਾਲੇ ਆ ਉਹਨਾਂ ਨੂੰ ਵੈਸੇ ਤਾਂ ਪਤਾ ਹੀ ਆ ਵੀ ਪਹਿਲੀ ਗੱਲ ਤਾਂ ਜਿਹੜਾ ਇੱਕ ਸੰਗੀਤ ਵਾ ਅਸੀਂ ਕਰਦੇ ਹਾਂ, ਇਹ ਵੀ ਇੱਕ ਕੰਮ ਸਮਝ ਕੇ ਅਸੀਂ ਕਰਦੇ ਹਾਂ, ਹਨਾ। ਹਾਂ ਹੋ ਨਹੀਂ, ਕੰਮ ਇਹ ਤਾਂ ਹੈ ਹੀ ਬਹੁਤ। ਇਹ ਤਾਂ ਕੰਮ ਇੰਨਾ ਆ ਕਿ ਜਿੱਦਾਂ ਹੁਣ ਤੁਸੀਂ ਕੋਈ ਦੇਖ ਲਓ ਵੀ ਜਿਹੜਾ ਬੰਦਾ ਟਰੱਕ ਚਲਾਉਂਦਾ, ਟਰੱਕ ਚਲਾਉਣਾ ਬੜਾ ਮੁਸ਼ਕਲ ਕੰਮ ਕਰਕੇ ਮੈਂ ਕਹਿ ਰਿਹਾ, 14 ਘੰਟੇ ਲਾਣੇ ਪੈਂਦੇ 15 ਵੀਲਾਂ ਦੇ। ਮੈਂ ਟਰੱਕ ਤੋਂ ਮੈਨੂੰ ਯਾਦ ਆਇਆ ਸੰਗਤਾਰ, ਜਦੋਂ ਅਸੀਂ ਨਾ ਲੰਬੇ ਰੂਟਾਂ ਤੇ ਜਾਂਦੇ ਹਾਂ ਨਾ, ਸ਼ੋਅ ਸਾਡਾ ਵੀ ਕਰਨਾਲ ਵਾ, ਅੱਜ ਸ਼ੋਅ ਸਾਡਾ ਅੱਜ ਗੰਗਾ ਨਗਰ ਵਾ, ਹਨਾ। ਤੇ ਮੈਂ ਤਾਂ ਵਿਹਲਾ ਹੁੰਦੇ ਗੱਡੀ 'ਚ, ਨਾ ਮੈਂ ਸੋਚਦਾ ਹੁੰਦਾ, ਮੈਂ ਉਹ ਤਾਂ ਥੋੜ੍ਹੇ ਘੰਟੇ ਹੁੰਦੇ 4-5 ਘੰਟੇ, ਤੇ ਮੈਂ ਨਾ ਮੈਂ ਆਹ ਸਟਰੈਚ ਕਰਨਾ ਇੱਦਾਂ, ਇੱਧਰ ਨੂੰ ਕਰਨਾ ਇੱਦਾਂ, ਤਾਂ ਮੇਰੇ ਮਾੜਾ ਮਾੜਾ ਨਾ ਮਸਲ ਖਿੱਚ ਵੀ ਹੋ ਜਾਂਦੇ ਕਿਸੇ ਵੇਲੇ ਵੀ ਯਾਰ। ਮੈਂ ਸੋਚਣਾ ਯਾਰ ਵੀ ਇਹਨੂੰ 4 ਘੰਟੇ ਹੋ ਗਏ ਇੱਦਾਂ ਹੀ ਸਿੱਧਾ ਹੀ ਬੈਠਾ। ਫਿਰ ਮੈਂ ਬਲਜੀਤ ਹੋਣਾ ਬਾਰੇ, ਆਪਣੇ ਮੁੰਡਿਆਂ ਬਾਰੇ, ਹਨਾ, ਹੋਰ ਆਪਣੇ ਸੱਜਣਾਂ ਬਾਰੇ, ਟਰੱਕਾਂ ਵਾਲਿਆਂ ਬਾਰੇ, ਸਾਰਿਆਂ ਬਾਰੇ ਸੋਚਣ ਲੱਗ ਪੈਂਦਾ। ਮੈਂ ਕਿਹਾ ਯਾਰ ਉਹ ਦੇਖ ਲਾ ਉਹ ਇੱਦਾਂ ਹੀ ਬੈਠੇ ਰਹਿੰਦੇ ਆ, ਵੀ ਕਿੰਨਾ ਅੱਖ ਵੀ ਨਹੀਂ, ਅੱਖ ਦਾ ਫੋਰ ਵੀ ਨਹੀਂ ਡਰਾਈਵਰੀ ਜਿਹੜੀ ਉਹ ਝੱਲ ਸਕਦੀ। ਬਿਲਕੁਲ। ਪਰ ਇਹ ਸੰਗੀਤ ਦੇਖ ਲਓ ਕੈਸੀ ਚੀਜ਼ ਆ, ਵੀ ਜਦੋਂ ਬੜੇ ਗੁਲਾਮ ਅਲੀ ਖਾਨ ਕਹਿੰਦੇ ਆਪਣੇ ਡੈਥ ਬੈਡ ਤੇ ਵੀ ਸੀਗੇ ਹਸਪਤਾਲ ਚ, ਤੇ ਉਹਨਾਂ ਨੂੰ ਇੱਕ ਬੰਦਾ ਮਿਲਣ ਗਿਆ ਤੇ ਕਹਿੰਦੇ ਕਿੱਦਾਂ ਬਈ ਕਿੱਦਾਂ, ਕਹਿੰਦੇ ਹੁਣ ਠੀਕ ਆ ਸੇ, ਤੇ ਕਹਿੰਦਾ ਕਾਹਦੀ ਠੀਕ ਆ, ਕਹਿੰਦਾ ਹੁਣ ਮਾੜਾ ਜਿਹਾ ਪਤਾ ਲੱਗਣ ਲੱਗਾ ਸੀ, ਹੁਣ ਭਗਵਾਨ ਨੇ ਉੱਪਰ ਸੱਦ ਲਾਏ। ਪਰ ਸੰਗਤਾਰ ਇਹ ਗੱਲਾਂ ਨਾ ਜਿਹੜੇ ਆਮ ਨੌਜਵਾਨ ਵਾ, ਨਵੇਂ ਮੁੰਡੇ ਕੁੜੀਆਂ, ਉਹਨਾਂ ਲਈ ਇਹ ਗੱਲਾਂ ਨਾ ਪੋਜ਼ਿਟਿਵ ਨਹੀਂ ਰੋਲ ਅਦਾ ਕਰਦੀਆਂ। ਮੈਂ ਤੈਨੂੰ ਬੜੀ ਹੈਰਾਨੀ ਵਾਲੀ ਗੱਲ ਲੱਗਾ ਦੱਸਣ, ਅਸੀਂ ਕਹੀਦਾ ਨਾ ਕਿ ਸੰਗੀਤ ਤਾਂ ਵੀ ਜਿਹੜਾ ਕਹਿੰਦੇ ਸੁਕਰਾਤ ਕਹਿੰਦਾ ਜਦ ਮੈਂ ਬੱਚਾ ਹੁੰਦਾ ਸੀ ਨਾ, ਮੈਂ ਨਾ ਸਾਥੀਆਂ ਤੇ ਟੌਰ ਦੱਸਦਾ ਹੁੰਦਾ ਸੀ, ਦੇਖੋ ਮੈਨੂੰ ਕਿੰਨਾ ਆਉਂਦਾ, ਮੈਨੂੰ ਸਵਾਲ ਕਰੋ ਕੁਛ, ਹਨਾ। ਕਹਿੰਦਾ ਜਦੋਂ ਮੈਂ ਹੁਣ ਸਾਰੀ ਉਮਰ ਗਿਆਨ ਪ੍ਰਾਪਤ ਕੀਤਾ ਤੇ ਮੈਨੂੰ ਪਤਾ ਲੱਗਾ ਮੈਨੂੰ ਕੁਛ ਵੀ ਨਹੀਂ ਆਉਂਦਾ।
ਤੇ ਜਦੋਂ ਬੜੇ ਗੁਲਾਮ ਅਲੀ ਖਾਨ ਸਾਹਿਬ ਨੇ ਕਹਿਤਾ ਮੈਨੂੰ ਕੁਛ ਨਹੀਂ ਆਉਂਦਾ, ਅਸੀਂ ਕਹਿ ਦੇਈਦਾ ਇਹ ਗਾਣਾ ਸਮੁੰਦਰ ਵਾ, ਹਨਾ। ਤੇ ਉਹ ਸਾਡਾ ਨਾ ਇੱਕ ਮੁੰਡਾ ਸਰੀ ਤੋਂ ਬਹੁਤ ਪਿਆਰਾ ਸਾਡਾ ਵੀਰ ਆ ਸਰਬਜੀਤ ਮਲਪੁਰੀ, ਬਹੁਤ ਵਧੀਆ ਸੰਗੀਤਕਾਰ ਆ ਉਹ, ਤੇ ਉਹ ਨਾ ਕਲਾਸਿਸ ਦਿੰਦਾ ਸੰਗੀਤ ਦੀਆਂ। ਹਾਂਜੀ। ਤੇ ਉਹ ਕਹਿੰਦਾ ਵੀ ਇਹਨੂੰ ਨਾ ਪਹਿਲਾਂ ਰਾਗ ਸਿੱਖਣੇ ਪੈਣੇ ਮੁੰਡੇ ਨੂੰ। ਹਾਂ। ਤੇ ਉਹ ਦੋ ਤਿੰਨ ਰਾਗ ਸਿਖਾਲੇ ਤਾਂ ਉਹਦੀ ਮੰਮੀ ਕਹਿੰਦੀ ਇਹਨੂੰ ਘਸਮੈਲੇ ਰਾਗ ਨਾ ਸਿਖਾ, ਕਹਿੰਦੀ ਕੋ ਚੱਕਵੀਂ ਤਰਜ ਸਿਖਾ। ਕਹਿੰਦੀ ਅਸੀਂ ਉਹਨਾਂ ਨੂੰ ਇੰਟਰਵਿਊਆਂ ਸੁਣੀ ਦੀਆਂ, ਉਹ ਕਹਿੰਦੇ ਇਹ ਸੰਗੀਤ ਤਾਂ ਕਦੇ ਵੀ ਨਹੀਂ ਆਉਂਦਾ। ਉਹ ਕਹਿੰਦੀ ਉਹ ਸਾਰੀ ਉਮਰ ਉਹਨਾਂ ਨੂੰ ਸਿੱਖਦਿਆਂ ਨੂੰ ਹੋ ਗਈ, ਉਹ ਕਹਿੰਦੇ ਇਹ ਤਾਂ ਆਉਂਦਾ ਹੀ ਨਹੀਂ। ਕਹਿੰਦੀ ਫਿਰ ਇਹ ਕੇ ਫੇਸ ਕਾਹਤੇ ਮੁੰਡੇ ਨੂੰ ਇਹ 'ਚ ਪਾ ਛੱਡੀਏ, ਤੂੰ ਸਿੱਧੇ ਤਰਜਾਂ ਸਿਖਾਲ, ਕਹਿੰਦੀ ਇਹਨੂੰ ਉਹ ਫਲਾਣੀ ਤਰਜ ਸਿਖਾ, ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ, ਉਹ ਕਿੱਦਾਂ ਕਰਨੀ। ਪਰ ਇਸੇ ਕਰਕੇ ਤਾਂ ਇਹਦੇ ਵਿੱਚ ਛਾਣਨੀ ਆ ਮਨਮੋਹਨ, ਇਸੇ ਕਰਕੇ ਇਹਦੇ ਵਿੱਚ ਛਾਣਨੀ ਆ। ਜਿਹੜਾ ਬੰਦਾ ਇੱਦਾਂ ਦਾ ਜਿਹਦਾ ਸੁਭਾਅ ਹੋਵੇ ਵੀ ਯਾਰ ਇਹ ਤਾਂ ਯਾਰ ਉਮਰ ਦੀ ਗੁਲਾਮੀ ਮੰਗਦੀ ਚੀਜ਼, ਮੈਂ ਨਹੀਂ ਇਹ ਕਰਨੀ, ਉਹ ਫਿਰ ਆਉਂਦਾ ਨਹੀਂ, ਹਨਾ। ਅਤੇ ਇਹ ਪਰ ਚੀਜ਼ ਇੱਦਾਂ ਦੀ ਆ, ਪਰ ਇਹਦੇ ਵਿੱਚ ਇੱਦਾਂ ਆ ਕਿ ਉਨਾ ਵਧੀਆ ਵੀ ਆ, ਰੋਜ਼ ਦੀ ਰੋਜ਼ ਤੁਹਾਨੂੰ ਉਹ ਕੁਛ ਨਾ ਕੁਛ। ਇਹ ਗੱਲ ਤਾਂ ਉਹਨਾਂ ਲਈ ਜ਼ਿਆਦਾ ਇੰਟਰਸਟਿੰਗ ਆ ਜਿਹੜੇ ਯਾਨੀ ਕਿ ਜ਼ਿਆਦਾ ਕਿਸੇ ਵੀ ਚੀਜ਼ 'ਚ ਅੱਗੇ ਜਾਣਾ ਚਾਹੁੰਦੇ ਆ। ਅੱਗੇ ਜਾਣਾ ਚਾਹੁੰਦੇ, ਕੋਈ ਵੀ ਨਹੀਂ ਮੁੱਕਦੀ ਇਹ, ਕੋਈ ਆਰਟ ਕੋਈ ਵੀ ਮੁੱਕਦਾ ਨਹੀਂ ਹੈਗਾ। ਸਾਡੀ ਵੱਡੀ ਭੈਣ ਨਾ ਇਹ ਗੱਲ ਮੈਨੂੰ ਕਹਿੰਦੀ ਸੀ ਇੱਕ ਦਿਨ, ਉਹ ਕਹਿੰਦੀ ਵੀ ਕੋਈ ਵੀ ਕੰਮ ਸਪੈਸ਼ਲ ਨਹੀਂ ਹੁੰਦਾ। ਕਿਸੇ ਵੀ ਕੰਮ ਨੂੰ ਜਦੋਂ ਕੋਈ ਬੰਦਾ ਜਿਹੜਾ ਲੋਕਾਂ ਲਈ ਔਖਾ ਹੁੰਦਾ, ਕੋਈ ਹੋਰ ਬੰਦਾ ਉਹਨੂੰ ਬਹੁਤ ਸੌਖੇ ਤਰੀਕੇ ਨਾਲ ਕਰ ਦਿੰਦਾ, ਫਿਰ ਉਹ ਬੰਦਾ ਸਪੈਸ਼ਲ ਬਣ ਜਾਂਦਾ। ਸਪੈਸ਼ਲ ਬਣ ਤੇ ਮੈਂ ਆਪਣੇ ਮੁੰਡੇ ਨੂੰ ਪਿੱਛੇ ਸਾਡੇ ਬੋਲਦਾ, ਮੈਂ ਉਹਨੂੰ ਮਹਿੰਦੀ ਹਸਨ ਸਾਹਿਬ ਸੁਣਾਇਆ, ਕਹਿੰਦਾ ਭਾਜੀ ਕਿੰਨਾ ਸੌਖਾ ਸੌਖਾ ਗਾਈ ਜਾਂਦਾ। ਉਹੀ ਗੱਲ ਫੇਰ ਆ ਗਈ, ਮੈਂ ਕਿਹਾ ਭਰਾਵਾ ਇੱਕੋ ਚੀਜ਼ ਨੀ ਮਹੀਨਾ ਕਹਿ ਹੁੰਦੀ। ਇਹ ਅੱਜ ਮੈਂ ਯਾਰ ਇੱਕ ਹੋਰ ਬਹੁਤ ਵਧੀਆ ਬੰਦਿਆਂ ਨਾਲ ਗੱਲ ਕੀਤੀ ਫੋਨ ਤੇ, ਐਸ ਅਸ਼ੋਕ ਭੌਰਾ ਹੋਣਾ ਦੇ ਨਾਲ, ਬੜੀਆਂ ਪੁਰਾਣੀਆਂ ਯਾਦਾਂ ਉਹਨਾਂ ਨਾਲ। ਆਹੋ, ਪੁਰਾਣੀਆਂ ਗੱਲਾਂ ਯਾਦ ਆ ਗਈਆਂ। ਭੌਰਾ ਸਾਹਿਬ ਮੈਨੂੰ ਨਾ ਉਦੋਂ ਹੀ ਮਿਲੇ ਆ ਜਦੋਂ ਮੈਂ ਪਹਿਲੀ ਵਾਰੀ ਟੇਪ ਲੈ ਕੇ ਇੱਥੋਂ ਗਿਆ। ਤੇ ਬੜਾ ਇਹ ਉਸ ਵੇਲੇ ਕਾਫੀ ਸਰਗਰਮ ਸੀਗੇ ਪੱਤਰਕਾਰੀ ਵਿੱਚ, ਬੜਾ ਮੈਨੂੰ ਉਤਸ਼ਾਹ ਦਿੱਤਾ। ਸੰਗਤਾਰ ਜੇ ਉਹ ਦਿਨ ਯਾਦ ਕਰੀਏ, ਕਈ ਵਾਰੀ ਇੱਦਾਂ ਲੱਗਦਾ ਵੀ ਜਿੱਥੇ ਹੁਣ ਵੀ ਸਾਰੇ ਜਾਣਦੇ ਆ ਗਾਣੇ ਹਿੱਟ ਵਾ, ਹਨਾ। ਸੋ ਕੋਈ ਵੀ ਸਾਡੇ ਪਿਤਾ ਜੀ ਹਮੇਸ਼ਾ ਗੱਲ ਪਾਪਾ ਜੀ ਕਹਿੰਦੇ ਹੁੰਦੇ ਸੀ ਵੀ ਕੋਈ ਲੈ ਕੇ ਨਹੀਂ ਜੰਮਦਾ, ਇੱਥੇ ਆ ਕੇ ਕਮਾਉਣਾ ਪੈਂਦੀ ਚੀਜ਼ ਇਕੱਲੀ ਇਕੱਲੀ। ਮੈਨੂੰ ਇੱਕ ਗੱਲ ਬੜੀ ਯਾਦ ਆਉਂਦੀ ਆ, ਜਦੋਂ ਨਾ ਮੈਂ ਇੱਥੋਂ ਟੇਪ ਲੈ ਕੇ ਗਿਆ ਇੰਡੀਆ ਨੂੰ, ਤੇ ਮੈਨੂੰ ਨਾ ਉਦੋਂ ਇੱਦਾਂ ਤਾਂ ਹੁੰਦਾ ਨਹੀਂ ਸੀ ਯੂਟਿਊਬ ਤੇ, ਹੁਣ ਤਾਂ ਮੁੰਡਿਆਂ ਨੂੰ ਸੌਖਾ ਬੜਾ ਯੂਟਿਊਬ ਤੇ ਗਾਣਾ ਪਾ ਲਈਦਾ ਆਪੇ ਹੀ, ਕੋਈ ਵੀ ਨਵਾਂ ਸਿੰਗਰ ਵੀ ਪਾ ਸਕਦਾ। ਉਦੋਂ ਕੰਪਨੀ ਰਿਲੀਜ਼ ਕਰਦੀ ਹੁੰਦੀ ਸੀ। ਹਾਂਜੀ ਹਾਂਜੀ। ਤੇ ਇੰਡੀਆ ਕੋਈ ਕੰਪਨੀ ਨਾ ਅੜਿੱਕੇ ਨਾ ਆਵੇ, ਹਨਾ। ਤੇ ਚਲੋ ਕਰਦੇ ਕਰਾਉਂਦੇ, ਚੰਡੀਗੜ੍ਹ ਦੀ ਇੱਕ ਕੰਪਨੀ ਨਾਲ ਸਾਡੀ ਗੱਲ ਗੁੱਲ ਚੱਲਦੀ ਸੀ, ਹੋ ਰਹੀ ਸੀ ਗੱਲ, ਸਿਰੇ ਚੜ੍ਹੇ ਨਾ ਚੜ੍ਹੇ। ਇੱਕ ਦਿਨ ਉੱਥੇ ਮਿਲਦੇ ਗਿਲਦੇ ਮੈਨੂੰ ਟਾਈਮ ਲੱਗ ਗਿਆ, ਤੇ ਮੈਂ ਨਾ ਉਦੋਂ 9:30 ਬੱਸਾਂ ਬੰਦ ਹੋ ਜਾਂਦੀਆਂ ਸੀ। ਤੇ ਮੈਂ ਗਿਆ ਤਾਂ ਕੈਨੇਡਾ ਤੋਂ ਸੀਗਾ ਉਦੋਂ, ਪਰ ਅਜੇ ਤੈਨੂੰ ਪਤਾ ਹੀ ਆ ਵੀ ਲੇਬਰ ਕਰਦੇ ਸੀ ਕਿਚਨ ਕੈਬਿਨਸ ਦਾ ਕੰਮ। ਮੈਂ ਹੁਸ਼ਿਆਰਪੁਰ ਚੰਡੀਗੜ੍ਹ ਵਾਲੀ ਬੱਸ ਚੜਿਆ ਚੰਡੀਗੜ੍ਹੋਂ ਆਖਰੀ ਬੱਸ, ਤੇ ਉਹ 9:15 ਮਾਲਪੁਰ ਮੈਂ ਉਤਰਿਆ, ਤੇ ਮਾਲਪੁਰ ਨਾ ਕੋਈ ਨਾ ਚਿੜੀ ਨਾ ਚਨੌਰ ਬੱਸ ਅੱਡੇ ਚ। ਮੈਂ ਟੈਕਸੀ ਸਟੈਂਡ ਵੱਲ ਗਿਆ ਤਾਂ ਉੱਥੇ ਨਾ ਇੱਕ ਅੰਬੈਸਡਰ ਕਾਰ ਚ ਨਾ ਦੋ ਤਿੰਨ ਬੰਦੇ ਨਾ ਸ਼ਰਾਬ ਪੀਣ। ਮੈਂ ਕਿਹਾ ਹੱਲੂਵਾਲ ਜਾਣਾ ਆ, ਉਹ ਕਹਿੰਦਾ ਛੱਡਿਆ ਨੀ ਆ। ਮੈਂ ਕਿੰਨੇ ਪੈਸੇ? ਕਹਿੰਦੇ 50 ਰੁਪਈਏ। ਤੇ ਮੈਂ ਕਿਹਾ ਚਲੋ ਠੀਕ ਆ, ਮੈਨੂੰ ਛੱਡਿਆ। ਕਹਿੰਦੇ ਯਾਰ 2 ਮਿੰਟ ਠਹਿਰ ਲੈ ਖੜ, ਤੇ ਉਹਨਾਂ ਨੇ ਪੈਗ ਪਾ ਲਿਆ, ਆਪਣੀਆਂ ਗੱਲਾਂ ਕਰਨ ਲੱਗ ਪਏ। ਮੈਂ 2 ਦੀ ਬਜਾਏ ਜਿੱਦਾਂ ਆਪਣੇ ਚ ਠਰੰਬਾ ਹੈਗਾ, ਮੈਂ 10 ਮਿੰਟ ਹੋ ਗਏ, 10 ਮਿੰਟ ਖੜ ਗਿਆ। ਮੈਂ ਕਿਹਾ ਵੀਰ ਜੀ ਚੱਲੀਏ ਫਿਰ। ਕਹਿੰਦਾ ਯਾਰ ਤੈਨੂੰ ਕਿਹਾ ਰੁਕ ਲਿਆ, ਕਹਿੰਦਾ ਕਾਹਲੀ ਕੀ ਪਾਈ ਆ ਤੂੰ ਐਵੀਂ, ਹਨਾ। ਮੈਂ ਫੇਰ 10 ਮਿੰਟ ਖੜਾ ਰਿਹਾ, ਉਹ ਇੰਨੇ ਚ ਸ਼ਰਾਬੀ ਹੋ ਗਿਆ, ਮੈਨੂੰ ਗੱਲਾਂ ਵੀ ਉਹਨਾਂ ਦੀਆਂ ਸੁਣ, ਤੇ ਉਹ ਉਹਨਾਂ ਦੀਆਂ ਗੱਲਾਂ ਵੀ ਬਦਲ ਗਈਆਂ, ਜਿੱਦਾਂ ਸ਼ਰਾਬ ਚੜ੍ਹ ਗਈ, ਉਹ ਦੇਸੀ ਪੀਂਦੇ ਹੋਣੇ ਆ, ਝੱਟ ਬੂਕਾਂ ਮਾਰ ਕੇ ਚੜ੍ਹ ਗਏ। ਤੇ ਮੈਂ ਨਾ ਹਾਲਾਤ ਜਿਹਾ ਦੇਖ ਕੇ ਮੈਂ ਕਿਹਾ ਯਾਰ ਵੀ ਜੋ ਮਰਜ਼ੀ ਹਾਲਾਤ ਆ, ਵੀ ਤੁਰ ਕੇ ਹੀ ਚੱਲਦੇ ਆ ਪਿੰਡ ਨੂੰ। ਜਿੱਦਾਂ ਸੁਖਪਾਲ ਔਜਲੇ ਨੇ ਉਹ ਗਾਣਾ ਨੀ ਲਿਖਿਆ, ਕਮਲ ਨੇ ਗਾਇਆ ਜਿਹੜਾ, ਪਿੰਡ ਦੀ ਲਿੰਕ ਸੜਕ ਤੋਂ ਚੁੱਕ ਕੇ ਜੇ ਕੋਈ ਛੱਡਦਾ ਜੀ ਟੀ ਰੋਡ ਤੇ ਮਿਲ ਪਊ ਕੋਈ ਅਗਲੇ ਮੋੜ ਤੇ, ਸੋ ਜੇ ਮੰਜ਼ਲ ਵੱਲ ਤੁਰ ਪਓ ਅਗਲੇ ਮੋੜ ਤੇ ਕੋਈ ਨਾ ਕੋਈ ਮਿਲ ਪੈਂਦਾ। ਮੈਂ ਉੱਥੋਂ ਫਿਕਰਮੰਦ ਜਿਹਾ ਹੋਇਆ ਆ ਅੱਧੀ ਰਾਤ ਨੂੰ, ਯਾਨੀ ਕਿ ਅੱਧੀ ਰਾਤ ਹੀ ਸੀ, ਹੁਣ ਤਾਂ ਮਾਹੌਲ ਹੀ ਬਦਲ ਗਿਆ। ਮੈਂ ਇਕੱਲਾ ਹੀ ਤੁਰ ਪਿਆ ਤਾਂ ਮੋਹਰੇ ਹੀ ਮੋੜ ਤੇ ਨਾ ਆਪਣਾ ਪੀਟਾ ਚੰਦੇਲੀ ਵਾਲਾ ਤੇ ਆਪਣਾ ਛਿੰਦੂ ਤੰਬੜ, ਦੇਖ ਹੁਣ ਉਹ ਇਸ ਦੁਨੀਆਂ ਚ ਵੀ ਨੀ ਰਹੇ, ਨਾ ਕਿੰਨਾ ਬੇਵਕਤ ਵਿਛੋੜਾ ਦੇ ਗਏ, ਆਖਰੀ ਉਮਰ ਤੱਕ ਯਾਰੀਆਂ ਨਿਭੀਆਂ ਉਹਨਾਂ ਦੇ ਨਾਲ, ਤੇ ਪੀਟਾ ਤਾਂ ਆਪਣਾ ਪਿਆਰਾ ਵੀਰ ਹੁਣ ਵੀ। ਤੇ
ਉਹ ਇਹ ਖੜੇ ਗੱਲਾਂ ਕਰਦੇ ਆਪਣੇ ਘਰ ਦੇ ਮੂਹਰੇ ਤੇ ਇਹਨਾਂ ਨੇ ਮੈਨੂੰ ਪਛਾਣ ਲਿਆ ਭਾਜੀ ਤੁਸੀਂ ਕਿੱਥੇ ਤੁਰੇ ਹੋ ਮੈਂ ਕਿਹਾ ਭਰਾਵਾ ਮੈਂ ਤਾਂ ਏਦਾਂ ਤੁਰਿਆ ਇਹ ਮੈਨੂੰ ਤਿੰਨ ਜਣੇ ਦੋ ਜਣੇ ਉਹ ਤੀਜਾ ਮੈਂ ਤੇ ਮੈਨੂੰ ਉਦੋਂ ਮੋਟਰਸਾਈਕਲ ਵੀ ਨੀ ਹੁੰਦੇ ਸੀ ਸਕੂਟਰ ਸੀ ਸਕੂਟਰ ਤੇ ਮੈਨੂੰ ਛੱਡ ਕੇ ਆਇਆ ਇਹ ਪਿੰਡ ਤੇ ਸੋਚਦਾ ਹੁੰਦਾ ਉਹ ਦਿਨ ਬਈ ਸ਼ੁਰੂਆਤ ਬੰਦਾ ਉੱਥੋਂ ਕਰਦਾ ਹਰੇਕ ਬੰਦਾ ਜਿਹੜਾ ਅੱਜ ਸਟਰਗਲ ਕਰ ਰਿਹਾ ਉਹ ਅੱਜ ਉੱਥੋਂ ਸਟਰਗਲ ਕਰ ਰਿਹਾ ਇੱਕ ਪਤਾ ਨੀ ਨਾ ਹੁੰਦਾ ਫਿਊਚਰ ਕਿੱਥੇ ਨੂੰ ਜਾਣਾ ਪਹਿਲਾਂ ਇੱਕ ਨਾ ਪਾਪਾ ਜੀ ਹੁਣੀ ਗੱਲ ਸੁਣਾਉਂਦੇ ਹੁੰਦੇ ਸੀਗੇ ਬਹੁਤ ਉਹ ਆਪ ਵੀ ਸੁਣਾਓ ਵੀ ਉਹ ਕੀ ਸੀਗੀ ਗੱਲ ਉਹ ਜਿਹੜਾ ਕਹਿੰਦੇ ਹੁੰਦੇ ਸੀਗੇ ਵੀ ਮਨਮੋਹਨ ਨੂੰ ਛੇਵੀਂ ਚ ਉੱਥੇ ਬੈਂਜੋ ਲੈ ਕੇ ਗਾਣਾ ਪੈ ਗਿਆ ਤੇ ਉਹ ਨਾਲ ਗਏ ਸੀ ਉਹ ਅੱਛਾ ਜਿਹੜਾ ਨਾਲ ਗਏ ਸੀ ਉਹ ਚੀਜ਼ ਬੜੀ ਵਧੀਆ ਆ ਉਹ ਹੁਸ਼ਿਆਰਪੁਰ ਨਾ ਮਿਊਜ਼ਿਕ ਦੇ ਹੋਏ ਕੰਪੀਟੀਸ਼ਨ ਮਿਡਲ ਸਕੂਲਾਂ ਤੱਕ ਸੋ ਬੱਚੇ ਸਾਰੇ ਗਾਉਣ ਗਏ ਸਾਡੇ ਮਾਨਪੁਰ ਵਾਲੇ ਕਹਿੰਦੇ ਮਨਮੋਹਨ ਤੂੰ ਹੁਸ਼ਿਆਰਪੁਰ ਜਾਣਾ ਫਲਾਨੇ ਸਕੂਲ ਹਨਾ ਤੇ ਮੈਂ ਘਰ ਦੱਸਿਆ ਹੁਣ ਛੇਵੀਂ ਕਲਾਸ ਦੇ ਬੱਚੇ ਨੂੰ ਉਹਨਾਂ ਦਿਨਾਂ ਚ ਕੌਣ ਇਕੱਲੇ ਨੂੰ ਭੇਜਦਾ ਸੋ ਸਾਡਾ ਮਾਸੀ ਜੀ ਦਾ ਬੇਟਾ ਮਹਿੰਦਰ ਤੇ ਪਾਪਾ ਜੀ ਤੇ ਉਹ ਮੇਰੇ ਨਾਲ ਨਾਲ ਦੋਨੋਂ ਨਾਲ ਗਏ ਹੁਸ਼ਿਆਰਪੁਰ ਤੇ ਜਿਸ ਵੇਲੇ ਉੱਥੇ ਦੇਖਿਆ ਹੁਣ ਉਹ ਜਿਹੜੀਆਂ ਸੀਗੀਆਂ ਮਾਸਟਰਨੀਆਂ ਉਹ ਬੈਠ ਕੇ ਚੌਂਕੜੀ ਮਾਰ ਕੇ ਹਾਰਮੋਨੀਅਮ ਵਜਾਉਂਦੀਆਂ ਸੀਗੀਆਂ ਤੇ ਜਿਹੜੀਆਂ ਕੁੜੀਆਂ ਸੀਗੀਆਂ ਉਹ ਖੜ ਕੇ ਮਾਈਕ ਤੇ ਗਾਉਂਦੀਆਂ ਸੀ ਅੱਛਾ ਤੇ ਮੁੰਡਾ ਕੋਈ ਵੀ ਨਾ ਉੱਥੇ ਗਾਉਣ ਵਾਲਾ ਕਿਉਂਕਿ ਮੁੰਡਿਆਂ ਦੇ ਸਕੂਲਾਂ ਚ ਮਿਊਜ਼ਿਕ ਨੀ ਹੁੰਦਾ ਸੀ ਸੰਗੀਤ ਨੀ ਹੁੰਦਾ ਸੀ ਕੁੜੀਆਂ ਦੇ ਸਕੂਲਾਂ ਚ ਸਬਜੈਕਟ ਹੁੰਦਾ ਸੀ ਮਿਊਜ਼ਿਕ ਤੇ ਜਦ ਮੇਰੀ ਵਾਰੀ ਆਈ ਤਾਂ ਮੈਂ ਬੈਂਜੋ ਵਜਾ ਕੇ ਗਾਉਣਾ ਸੀ ਹੁਣ ਬੈਂਜੋ ਤਾਂ ਖੜ ਕੇ ਵੱਜਣੀ ਸੀ ਹਨਾ ਬੈਠ ਕੇ ਅਸੀਂ ਘਰ ਵੀ ਨੀ ਗਾਉਂਦੇ ਹੁੰਦੇ ਸੀਗੇ ਤੇ ਜਦ ਮੈਂ ਸਟੇਜ ਵੱਲ ਨੂੰ ਤੁਰਿਆ ਪਾਪਾ ਜੀ ਬੜੇ ਜਿੱਦਾਂ ਫਿਕਰਮੰਦ ਹੋ ਗਿਆ ਵੀ ਇਹ ਮਨਮੋਹਨ ਗਾਊਗਾ ਕਿੱਦਾਂ ਤੇ ਉਹ ਮਹਿੰਦਰ ਨੂੰ ਕਹਿੰਦੇ ਵੀ ਤੂੰ ਨਾ ਟੇਬਲ ਰੱਖ ਦੇ ਉਹਦੇ ਮੂਹਰੇ ਲਿਜਾ ਕੇ ਇੱਕਦਮ ਤੇ ਜਦ ਉਹ ਮਹਿੰਦਰ ਉੱਤੇ ਸਟੇਜ ਦੇ ਚੜਿਆ ਉਹ ਮੇਰੇ ਮੂਹਰੇ ਟੇਬਲ ਰੱਖਤਾ ਮੈਂ ਉੱਤੇ ਬੈਂਜੋ ਵਜਾ ਕੇ ਮੈਂ ਗਾਇਆ ਤੇ ਮੈਨੂੰ ਉਹ 'ਚ ਫਸਟ ਪ੍ਰਾਈਜ਼ ਮਿਲ ਗਿਆ ਮੈਂ ਮੁੰਡੇ ਸ਼ੇਰ ਪੰਜਾਬ ਦੇ ਮਰਦ ਪੰਜਾਬੀ ਨਾਰਾ ਢਾਡੀ ਅਮਰ ਸਿੰਘ ਸ਼ੌਂਕੀ ਸਾਹਿਬ ਦੀ ਰਚਨਾ ਗਾਈ ਸੀਗੀ ਮੈਨੂੰ ਯਾਦ ਅੱਜ ਵੀ ਤੇ ਮੈਨੂੰ ਉਹ ਆਪ ਵਜਾ ਕੇ ਆਪ ਹੀ ਗਾਉਣ ਕਰਕੇ ਸਪੈਸ਼ਲ ਪ੍ਰਾਈਜ਼ ਮਿਲ ਗਿਆ ਤੇ ਜਦ ਅਸੀਂ ਘਰ ਆਈਏ ਤਾਂ ਮਹਿੰਦਰ ਤੈਨੂੰ ਪਤਾ ਉਹ ਥੋੜਾ ਜਿਹਾ ਐਨ ਪੈਰ ਰੱਖਦਾ ਹੁੰਦਾ ਸੀ ਐਨ ਸਿਗਾ ਉਹਦੀ ਜਵਾਨੀ ਪੂਰੀ ਉਹਦੀ ਠਾਠਾ ਮਾਰਦੀ ਸੀ ਤੇ ਉਹ ਕਹੀ ਜਾਵੇ ਕਹਿੰਦਾ ਹੁਣ ਤੂੰ ਯਾਰ ਕਿੱਦਾਂ ਗਾ ਗਿਆ ਮੈਂ ਕਹਿੰਦਾ ਟੇਬਲ ਰੱਖ ਕੇ ਜਿਹੜੇ ਪਿੱਛੇ ਮੁੜ ਕੇ ਕਹਿੰਦਾ ਪੌਡੇ ਉਤਰਿਆ ਜਿਹੜੇ ਲੋਕਾਂ ਵੱਲ ਨੂੰ ਦੇਖਿਆ ਕਹਿੰਦਾ ਪੈਰ ਵੀ ਥਿੜਕ ਗਿਆ ਇੱਕ ਵਾਰੀ ਇੰਨਾ ਘਬਰਾ ਗਿਆ ਜਿਹੜੇ ਸਟੇਜ ਤੇ ਖੜ ਕੇ ਦੇਖਿਆ ਤੇ ਉਹ ਚੀਜ਼ ਨਾ ਪਰਮਾਤਮਾ ਨੇ ਬਚਪਨ ਚੋਂ ਹੀ ਬਖਸ਼ੀ ਸੀਗੀ ਬੜੇ ਭਰਾਵਾ ਧੰਨਵਾਦੀ ਪਰ ਮੈਨੂੰ ਇੱਥੇ ਇੱਕ ਪਾਪਾ ਜੀ ਦੀ ਵੀ ਗੱਲ ਯਾਦ ਆਈ ਆ ਜਦੋਂ ਉਹ ਇਹ ਗੱਲ ਸੁਣਾਉਂਦੇ ਹੁੰਦੇ ਸੀ ਨਾ ਤਾਂ ਉਹ ਕਹਿੰਦੇ ਹੁੰਦੇ ਸੀਗੇ ਕਹਿੰਦੇ ਭਈ ਮਨਮੋਹਨ ਨੂੰ ਧਾਰਮਿਕ ਗੀਤ ਬਹੁਤ ਆਉਂਦੇ ਸੀਗੇ ਤੇ ਕਹਿੰਦੇ ਮੈਂ ਇਹਨੂੰ ਬੱਸ ਦੇ ਵਿੱਚ ਕਹਿ ਦਿੱਤਾ ਭਈ ਉਹ ਸੁਣਾ ਦੇਈ ਆਤਲਵੰਡੀ ਦੇ ਸੁੱਤੇ ਭਾਗ ਜਗਾ ਜਾ ਜਾਂ ਕੁਛ ਇੱਦਾਂ ਕੋਈ ਗੀਤ ਹੋਊਗਾ ਧਾਰਮਿਕ ਹਾਂਜੀ ਤੇ ਕਹਿੰਦੇ ਇਹ ਤਾਂ ਤਿਆਰ ਗਾਣ ਨੂੰ ਸਭ ਕੁਛ ਇਹਦਾ ਰੈਡੀ ਕਹਿੰਦੇ ਜਦ ਮੈਂ ਉੱਥੇ ਦੇਖਿਆ ਤਾਂ ਉੱਥੇ ਤਾਂ ਕੁੜੀਆਂ ਗਿੱਧੇ ਪਾਉਣ ਤੇ ਗੀਤ ਚੱਲਣ ਚੱਕਵੇਂ ਪੂਰੇ ਹੈ ਤੇ ਕਹਿੰਦੇ ਮੈਂ ਸੋਚਿਆ ਮਨਮੋਹਨ ਦਾ ਗੀਤ ਤਾਂ ਠੰਡਾ ਰਹਿ ਜਾਣਾ ਤੇ ਕਹਿੰਦੇ ਫਿਰ ਮੈਂ ਉਹਨਾਂ ਨੂੰ ਯਾਦ ਤਾਂ ਮਟੀਰੀਅਲ ਬਥੇਰਾ ਸਾਰਾ ਯਾਦ ਸੀ ਮੈਨੂੰ ਉਹਨਾਂ ਜਿੰਨਾ ਤਾਂ ਸਾਨੂੰ ਵੀ ਨਹੀਂ ਯਾਦ ਹੈਗਾ ਫਿਰ ਉੱਥੇ ਹੀ ਦੱਸਿਆ ਸੀ ਗੀਤ ਇਹ ਉੱਥੇ ਹੀ ਦੱਸਿਆ ਸੀ ਹਾਂ ਕਿਉਂਕਿ ਗੀਤ ਤਾਂ ਤੈਨੂੰ ਯਾਦ ਤਾਂ ਨਹੀਂ ਹੋ ਸਕਦਾ ਫਿਰ ਲਿਖ ਕੇ ਨਹੀਂ ਇਹ ਨਹੀਂ ਆਪਾਂ ਇਹ ਗਾਉਂਦੇ ਨਹੀਂ ਹੁੰਦੇ ਸੀ ਇਹ ਹਨਾ ਹਾਂ ਦੇਖ ਲਾ ਉਹ ਮੇਲੇ ਜਾਂਦੀ ਇਹ ਗਾਉਂਦੇ ਸੀ ਹਾਂ ਇੱਕ ਰਾਣੀ ਭੱਜ ਕੇ ਕਿਲੇ ਚਨਾਰ ਚੋਂ ਜਾ ਪਹੁੰਚੀ ਵਿੱਚ ਨੇਪਾਲ ਹਾਂ ਹਾਂ ਚੇਤਾ ਉਹਦੇ ਬਸਤਰ ਸਾਰੇ ਪਾਟ ਗਏ ਇਹ ਮੇਰਾ ਜਿੱਦਣ ਮੇਰੇ ਦੰਦ ਪਹਿਲਾਂ ਕੁਛ ਗਲਤ ਆ ਗਿਆ ਸੀਗਾ ਤੇ ਮੈਂ ਹਲੇ ਤੀਜੀ ਚੌਥੀ ਚ ਪੜ੍ਹਦਾ ਹੋਊਂਗਾ ਤੇ ਮਾਲਪੁਰ ਮੇਰੇ ਕਢਾਉਣ ਲੈ ਗਈ ਬੀਬੀ ਦੰਦ ਅੱਛਾ ਤੇ ਉਹਨਾਂ ਨੇ ਟੀਕਾ ਲਾ ਕੇ ਕੱਢ ਦਿੱਤਾ ਤੇ ਦੁੱਖ ਤਾਂ ਬਥੇਰਾ ਲੱਗਦਾ ਨਿਆਣੇ ਦੇ ਟੀਕਾ ਵੀ ਲੱਗਦਾ ਨਾਲੇ ਮੂੰਹ ਵੀ ਸੁੰਨ ਹੋਊਗਾ ਹੁਣ ਮੈਨੂੰ ਤਾਂ ਪਤਾ ਨਹੀਂ ਕਿੱਦਾਂ ਹੋਇਆ ਕੀ ਨਹੀਂ ਹੋਇਆ ਤੇ ਉਹ ਕਹਿੰਦਾ ਜੀ ਮੁੰਡਾ ਘਬਰਾ ਗਿਆ ਉਹ ਵਿਚਾਰਾ ਡੈਂਟਿਸਟ ਵੀ ਬਹੁਤ ਵਧੀਆ ਹੁੰਦਾ ਸੀ ਉਹ ਵੀ ਨਹੀਂ ਰਿਹਾ ਹੁਣ ਦੁਨੀਆਂ 'ਚ ਹਾਂਜੀ ਹਾਂਜੀ ਤੇ ਕਹਿੰਦਾ ਮੁੰਡਾ ਘਬਰਾ ਗਿਆ ਬੀਬੀ ਕਹਿੰਦੀ ਸਾਡੀ ਕਹਿੰਦੀ ਲਈ ਇਹ ਘਬਰਾਉਂਦਾ ਨਹੀਂ ਡਾਕਟਰ ਉਹਨਾਂ ਨੂੰ ਗੀਤ ਸੁਣਾ ਦੇ ਤੇ ਮੈਂ ਫਿਰ ਇਹ ਰਾਣੀ ਜਿੰਦਾ ਵਾਲਾ ਸੁਣਾਇਆ ਦੰਦਾਂ ਦੀ ਤਾਂ ਇਹ ਗੱਲ ਆ ਪਹਿਲਾਂ ਤਾਂ ਉਸ ਡਾਕਟਰ ਦੀ ਇੱਕ ਗੱਲ ਫਿਰ ਮੈਂ ਘਬਰਾਉਣ ਦੀ ਸੁਣਾਉਣਾ ਉਹਦੇ ਨਾਲ ਦੀ ਗੱਲ ਯਾਦ ਆ ਜਾਂਦੀ ਹੈ ਪਾਪਾ ਜੀ ਦੇ ਦੰਦ ਕੱਢਣ ਲੱਗੇ ਉਹ ਜਿਲੇ ਦੰਦ ਕੱਢਿਆ ਨਾ ਦੰਦ ਪਾਪਾ ਜੀ ਨੇ ਜ਼ੋਰ ਨਾ ਹਾਏ ਕਹਿੰਦਾ ਇੰਨਾ ਯਾਰ ਤੂੰ ਜ਼ੋਰ ਇੰਨੇ ਜ਼ੋਰ ਨਾ ਕੱਢਿਆ ਕਹਿੰਦਾ ਦੰਦ ਤਾਂ ਅਜੇ ਨਿਕਲਿਆ ਹੀ ਨਹੀਂ ਕਹਿੰਦਾ ਉਹ ਤਾਂ
ਅਜੇ ਤਾਂ ਪਾਈ ਸੀ ਚਿਮਟੀ ਜੀ ਪਹਿਲਾਂ ਹੀ ਰੌਲਾ ਤੂੰ ਪਾਤਾ ਜੇ ਰੁਕ ਜਾ ਕਹਿੰਦਾ ਤੇ ਉਹ ਅੱਛਾ ਯਾਰ ਕੱਢਿਆ ਨੀ ਉਹਨੇ ਜਾਨੂੰ ਫੇਰ ਕੱਢਿਆ ਨਾਲੇ ਉਹ ਥਰਕ ਦੇ ਨੀ ਕੱਢ ਦਿੱਤਾ ਕਹਿੰਦਾ ਲੈ ਕਰ ਲਿਆ ਕਰੂਲੀ ਦੋ ਕੱਢ ਦਿੱਤੇ ਤੇ ਮੈਨੂੰ ਆਪਣਾ ਆਪਣੀ ਵੀ ਗੱਲ ਯਾਦ ਆਉਂਦੀ ਆ ਮੇਰੇ ਸੰਗਤਾਰ ਜਦੋਂ ਨਾ ਸੱਤ ਰੰਗਾ ਲਿਸ਼ਕਾਰਾ ਆਇਆ ਗਾਣਾ ਹਾਂਜੀ ਤੇ ਉਦੋਂ ਉਦੋਂ ਨਾ ਜਦੋਂ ਮੈਂ ਇੱਥੋਂ ਜਾਣਾ ਸੀ ਮੇਰੀ ਨਾ ਅਕਲ ਦਾੜ ਜਿਹੜੀ ਆ ਉਹ ਮੇਰੀ ਤੰਗ ਕਰਨ ਲੱਗ ਪਈ ਬਹੁਤ ਜ਼ਿਆਦਾ ਤੇ ਮੈਂ ਡਾਕਟਰ ਕੋਲ ਗਿਆ ਉਹ ਤਾਂ ਕਹਿੰਦਾ ਵੀ ਇਹ ਤੈਨੂੰ ਬਹੁਤ ਖਰਾਬ ਕਰ ਰਹੀ ਹੈ ਇਹ ਕੱਢਣੀ ਪੈਣੀ ਆ ਮੈਂ ਕੋਈ ਇੰਨੀ ਖਿਆਲ ਨਹੀਂ ਕੀਤਾ ਮੈਂ ਕਿਹਾ ਚੱਲ ਕੱਢ ਦਿਓ ਹਨਾ ਤੇ ਉਹ ਕਹਿੰਦਾ ਦੂਜੇ ਪਾਸੇ ਦੀ ਵੀ ਆ ਰਹੀ ਆ ਤੂੰ ਦੋਨੋਂ ਹੀ ਕਢਾ ਦੇ ਮੈਂ ਕਿਹਾ ਚਲੋ ਕੱਢ ਦਿਓ ਜਿਹੜੇ ਕੱਢਣ ਲੱਗੇ ਉਹ ਹਿਲਾਈ ਏਦਾਂ ਏਦਾਂ ਹਿਲਾਉਣ ਜਿੱਦਾਂ ਟਾਲੀ ਪੱਟੀ ਦੀ ਹੁੰਦੀ ਆ ਉਹ ਹਿੱਲੇ ਨਾ ਹਨਾ ਤੇ ਉਹ ਨਰਸ ਵਿਚਾਰੀ ਕਹੀ ਜਾਵੇ ਮੈਨੂੰ ਮਿਸਟਰ ਹੀਰ ਯੂ ਹੈਵ ਲੋਟਸ ਆਫ ਵਿਜ਼ਡਮ ਤੇ ਮੇਰੀ ਤਾਂ ਬੱਸ ਹੋ ਗਈ ਭਰਾਵਾ ਜੀ ਏਦਾਂ ਏਦਾਂ ਹਿਲਾਇਆ ਨਾ ਉਹਨਾਂ ਨੇ ਤੇ ਚੱਲ ਕੱਢਤੀਆਂ ਉਹਨਾਂ ਨੇ ਕੱਢ ਕੇ ਮੇਰੇ ਤੂੰਬੇ ਰੱਖ ਤੇ ਮੈਨੂੰ ਅੱਜ ਤੱਕ ਯਾਦ ਆ ਮੇਰੀ ਸ਼ਾਮ ਨੂੰ ਫਲਾਈਟ ਤੇਰੇ ਗਾਣੇ ਗਾਉਣ ਵਾਲੀ ਗੱਲ ਆ ਮੈਂ ਰਾਤ ਨੂੰ ਜਹਾਜ਼ 'ਚ ਬੈਠ ਗਿਆ ਏਦਾਂ ਹੀ ਦੰਦ ਕਢਾ ਕੇ ਰਸਤੇ 'ਚ ਮੈਂ ਤੂੰਬੇ ਬਦਲਦਾ ਗਿਆ ਤੇ ਜਿਸਲੇ ਮੈਂ ਗਿਆ ਮੈਨੂੰ ਅੱਜ ਤੱਕ ਵੀ ਯਾਦ ਆ ਉਹ ਨਾ ਭੋਗ ਪਰ ਪ੍ਰੋਗਰਾਮ ਸੀਗਾ ਜਾਂਦੇ ਦਾ ਹੀ ਬੁੱਕ ਹੋਇਆ ਆ ਉਹ ਰਾਤ ਦਾ ਪ੍ਰੋਗਰਾਮ ਸੀ ਉੱਥੇ ਸੱਤ ਰੰਗਾ ਲਿਸ਼ਕਾਰਾ ਜੇ ਰਿਲੀਜ਼ ਕਰਨੀ ਸੀ ਪਰ ਮੈਂ ਸਟੇਜ 'ਤੇ ਗਿਆ ਪਹਿਲੇ ਦਿਨ ਉੱਥੇ ਤੇ ਮੈਨੂੰ ਇਹ ਵੀ ਯਾਦ ਵਾ ਵੀ ਉੱਥੇ ਮੀਂਹ ਆ ਗਿਆ ਸੀ ਫਿਰ ਤੇ ਪ੍ਰੋਗਰਾਮ ਵੀ ਨਹੀਂ ਪੂਰਾ ਲੱਗਾ ਸੀ ਫਿਰ ਉਹ ਖਰਾਬ ਹੋ ਗਿਆ ਖਰਾਬ ਕਹਿ ਸਕਦੇ ਜਾਂ ਜਿੱਦਾਂ ਮਰਜ਼ੀ ਕਰ ਪਰ ਉਹ ਵਿੱਚ ਬੰਦ ਹੋ ਗਿਆ ਸੀ ਪ੍ਰੋਗਰਾਮ ਤੇ ਮੀਂਹ ਕਰਕੇ ਪਰ ਮੈਂ ਜਾ ਕੇ ਦਾੜ ਕਢਾ ਕੇ ਪ੍ਰੋਗਰਾਮ ਲਾਤਾ ਕਈ ਵਾਰੀ ਸੋਚੀਦਾ ਹੈਰਾਨ ਹੋਈ ਦਾ ਪਿੱਛੇ ਦੇਖ ਕੇ ਵੀ ਯਾਰ ਕਿੱਦਾਂ ਗਲਤ ਹੀ ਕਰਦੇ ਰਹੇ ਉਦਾਂ ਨਾਲੇ ਨਾ ਜਿੱਦਾਂ ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜ਼ੀ ਪੁੱਠੀ ਪੈਂਦੀ ਬੰਦਾ ਆਪਣੇ ਆਪ ਨੂੰ ਵੀ ਪਰਖਦਾ ਪਤਾ ਨੀ ਉਦੋਂ ਤੱਕ ਪਤਾ ਨੀ ਤੁਹਾਨੂੰ ਲੱਗਦਾ ਜਦੋਂ ਤੱਕ ਮੁਸੀਬਤ ਨੀ ਪੈਂਦੀ ਸੰਗਤਾਰ ਜਦੋਂ ਮੈਂ ਗੱਲ ਕਰਦਾ ਕਰਦਾ ਪ੍ਰੋਗਰਾਮ ਦੀ ਗੱਲ ਕੀਤੀ ਮੈਂ ਕਿਹਾ ਮੀਂਹ ਪੈ ਗਿਆ ਮੌਸਮ ਖਰਾਬ ਹੋ ਗਿਆ ਕਿਹਾ ਮੈਂ ਹੁਣ ਨਾ ਇਹ ਹੁਣ ਜਦੋਂ ਵਿਆਹ ਤੇ ਜਾਈਦਾ ਨਾ ਕਈ ਵਾਰੀ ਜਿੱਦਾਂ ਮੀਂਹ ਆ ਜਾਂਦਾ ਬਹੁਤ ਵਾਰੀ ਤੇ ਮੈਂ ਨਾ ਇਹ ਜ਼ਰੂਰੀ ਹੁਣ ਸਟੇਜ ਤੇ ਕਹਿਣਾ ਉਸ ਦਿਨ ਸ਼ੁਰੂ ਕੀਤਾ ਮੈਂ ਕਿਹਾ ਵੀ ਅੱਜ ਸਭ ਤੋਂ ਵਧੀਆ ਦਿਨ ਪੰਜਾਬ ਦਾ ਮੈਂ ਸਾਰੇ ਲੋਕਾਂ ਤੋਂ ਕਹਿੰਦਾ ਹੁੰਦਾ ਤਾੜੀਆਂ ਮਾਰੋ ਮੈਂ ਕਿਹਾ ਪੰਜਾਬ ਮੈਂ ਕਿਹਾ ਜਿਸ ਦਿਨ ਨਾ ਕਨੇਡਾ ਦੇ ਵਿੱਚ ਧੁੱਪ ਨਿਕਲਦੀ ਆ ਉਸ ਦਿਨ ਪੋਸਟ ਮਾਸਟਰ ਵੀ ਜਿਹੜਾ ਉਹ ਵੀ ਤੁਰਿਆ ਜਾਂਦਾ ਚਿੱਠੀ ਫੜਾਉਂਦਾ ਕਹਿੰਦਾ ਹਨਾ ਵੀ ਬਹੁਤ ਵਧੀਆ ਦਿਨ ਤੇ ਮੈਂ ਕਿਹਾ ਗੋਰੇ ਰੌਲਾ ਪਾਉਂਦੇ ਬਾਹਾਂ ਚੱਕ ਚੱਕ ਕੇ ਅੱਜ ਧੁੱਪ ਨਿਕਲੀ ਆ ਹਨਾ ਤੇ ਮੈਂ ਕਿਹਾ ਅਸੀਂ ਵੀ ਇੱਦਾਂ ਕਰੀਏ ਜਿੱਦਣ ਮੀਂਹ ਵਰੇ ਨਾ ਸਾਉਣ ਦੇ ਮਹੀਨੇ ਨੂੰ ਸਾਉਣ ਦੀਆਂ ਝੜੀਆਂ ਤੇ ਕਿੰਨੇ ਗਾਣੇ ਆ ਸਾਉਣ ਦੇ ਮਹੀਨੇ ਤੇ ਸਾਵਣ ਚੜਿਆਤੀਆਂ ਆਈਆਂ ਹਨਾ ਤੇ ਖੀਰੇ ਪੂੜੇ ਪੱਕਦੇ ਸੀ ਉਹ ਬਜ਼ੁਰਗ ਸਾਡੇ ਬਹੁਤ ਸਹੀ ਸੀਗੇ ਹੁਣ ਅਸੀਂ ਸੈਲੀ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਕਿ ਉਸ ਦਿਨ ਨੂੰ ਸੈਲੀਬ੍ਰੇਟ ਕਰਨਾ ਸ਼ੁਰੂ ਕਰਨ ਜਿਹਦੇ ਕਿਸੇ ਫੰਕਸ਼ਨ 'ਤੇ ਵੀ ਮੀਂਹ ਆਉਂਦਾ ਨਾ ਉਹਦੇ ਗੈਸਟ ਵੀ ਤੇ ਉਹਦੇ ਘਰ ਵਾਲੇ ਵੀ ਉਹ ਡਬਲ ਖੁਸ਼ ਹੋਣ ਕਿ ਅੱਜ ਪਰਮਾਤਮਾ ਸਾਡੇ ਤੇ ਡਬਲ ਖੁਸ਼ ਹੋਇਆ ਮੈਂ ਹੁਣ ਕਹਿੰਦੇ ਨਾ ਸਟੇਜ ਤੇ ਹਰੇਕ ਵਾਰੀ ਕਹਿੰਦਾ ਮੈਂ ਕਿਹਾ ਬੇਸ਼ੱਕ ਸਾਡਾ ਸਮਾਨ ਵੀ ਭਿੱਜ ਜਾਣਾ ਸਾਨੂੰ ਦੋ ਵਾਰੀ ਮੁੰਡਿਆਂ ਨੂੰ ਪੱਟ ਕੇ ਬਾਹਰ ਲਾਉਣਾ ਪਿਆ ਭਾਖੜੇ ਡੈਮ ਜਿੰਨੀਆਂ ਤਾਂ ਤਾਰਾਂ ਹੋ ਜਾਂਦੀਆਂ ਸਾਡੀ ਸਾਊਂਡ ਦੀਆਂ ਹਨ ਤੇ ਪਰ ਮੈਂ ਕਿਹਾ ਅਸੀਂ ਬੇਸ਼ੱਕ ਪੱਟ ਕੇ ਦੁਬਾਰਾ ਲਾਇਆ ਅਸੀਂ ਸਮਾਂ ਦੇਵਾਂਗੇ ਤੁਹਾਨੂੰ ਕੋਈ ਗੱਲ ਨਹੀਂ ਅੱਜ ਪਰਮਾਤਮਾ ਨੇ ਬਹੁਤ ਵਧੀਆ ਦਿਨ ਦਿੱਤਾ ਸਾਨੂੰ ਤੇ ਸੋ ਜਿਹੜੀ ਇਹ ਗੱਲ ਉਹ ਸਮੇਂ ਸਮੇਂ ਦੇ ਨਾਲ ਜਿਹੜੀ ਚੀਜ਼ ਚਾਹੀਦੀ ਆ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸੋ ਮੈਂ ਉਹ ਕਿਹਾ ਨਾ ਖਰਾਬ ਮੌਸਮ ਸੋ ਮੀਂਹ ਵਾਲੇ ਦਿਨ ਨੂੰ ਨਹੀਂ ਆਪਾਂ ਖਰਾਬ ਕਹਿਣਾ ਕਦੇ ਜਿਹੜਾ ਸਾਡੇ ਪੰਜਾਬ ਦੀ ਪ੍ਰੋਬਲਮ ਤਾਂ ਪਾਣੀ ਆ ਜਿੰਨਾ ਵੀ ਹੁਣ ਇਹ ਸਾਨੂੰ ਪਾਣੀ ਤਾਂ ਬਹੁਤ ਚਾਹੀਦਾ ਪਾਣੀ ਤਾਂ ਉਹ ਗੱਲ ਆ ਹੁਣ ਝੋਨੇ ਨੂੰ ਨਾ ਖੇਤ ਭਰ ਦੇਣੇ ਆ ਮੈਂ ਇੱਕ ਨਾ ਸਾਡੇ ਬਹੁਤ ਅੱਛੇ ਦੋਸਤ ਆ ਮਾਨ ਸਾਹਿਬ ਐਫਸਫਰਡ ਤੋਂ ਉਹਨਾਂ ਦਾ ਬੇਟਾ ਨਾ 4 ਸਾਲ ਦਾ ਕਹਿੰਦੇ ਉਹ ਸਾਨੂੰ ਸੁਣ ਕੇ ਇੰਨੀ ਪੰਜਾਬੀ ਸਿੱਖੀ ਜਾਂਦਾ ਇੱਕ ਦਿਨ ਕਹਿੰਦਾ ਪਾਪਾ ਕਹਿੰਦਾ ਆ ਮਾੜੀ ਜਿਹੀ ਸੱਟ ਲੱਗ ਗਈ ਤੇ ਮੈਨੂੰ ਮਾੜੀ ਜਿਹੀ ਤੋਂ ਚੇਤਾ ਆ ਗਿਆ ਹਨਾ ਉਸ ਗੱਲ ਦਾ ਵੀ ਜਦੋਂ ਹੁਣ ਝੋਨੇ ਲਈ ਖੇਤ ਭਰ ਦਿੱਤਾ ਹਨਾ ਜਦੋਂ ਹੁਣ ਕਿਆਰਾ ਮੂਹਰਿਓ ਪਾਣੀ ਧੁਰ ਚਿਲ ਗਿਆ ਹਨਾ ਤਾਂ ਜਿਹੜਾ ਭਰ ਗਿਆ ਚੀਜ਼ ਭਰ ਗਿਆ ਦਾ ਮੀਨਸ ਤਾਂ ਫੁੱਲ ਆ ਹਨਾ ਫੁੱਲ ਜਿਹੜਾ ਫੁੱਲ ਆ ਉਹ ਫੁੱਲ ਮਾੜਾ ਜਿਹਾ ਥੋੜਾ ਹੋ ਸਕਦਾ ਹਨਾ ਤੈਨੂੰ ਯਾਦ ਵਾ ਜਦੋਂ ਉਹ ਚੰਨਣ ਨੇ ਹਾਕ ਮਾਰੀ ਸੀ ਭਾਪਾ ਜੀ ਨੂੰ ਆ ਸਰਦਾਰ ਜੀ ਦੇਖਿਓ ਮਾੜਾ ਜਿਹਾ ਕਿਆਰਾ ਭਰ ਗਿਆ ਵਿਸ਼ੇਸ਼ਣ ਤੋਂ ਮੈਨੂੰ ਗੱਲ ਯਾਦ ਆ ਗਈ ਆਪਣੇ ਬਹੁਤ ਮਹਾਨ ਜਿਹਨਾਂ ਦਾ ਅਸਰ ਵਾ ਤੇਰੇ ਤੇ ਵੀ ਕਮਲ ਤੇ ਵੀ ਮੇਰੇ ਤੇ ਵੀ ਸਾਡੇ ਸਵਰਗ ਵਾਸੀ ਪ੍ਰਿੰਸੀਪਲ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਉਹਨਾਂ ਦੀਆਂ ਹਜ਼ਾਰਾਂ ਗੱਲਾਂ ਸਾਡੇ ਤੇ ਜਿਹੜੀਆਂ ਅਸੀਂ ਉਹਨਾਂ ਨੂੰ ਦਿਲ ਚ ਵਸਾਉਂਦੇ ਹਾਂ ਉਹ ਇੱਕ ਵਾਰੀ ਨਾ ਇੱਕ ਮੁੰਡਾ ਕਾਪੀ ਉਹਨਾਂ ਨੂੰ ਦਿਖਾਲਣ ਲੱਗਾ
ਉਹ ਕਹਿੰਦਾ ਉਹ ਕੀ ਕੀੜੀਆਂ ਮਾਰੀਆਂ ਆ ਰੀਣਕ ਬੜਾ ਲਿਖਿਆ ਕਰ ਤੇ ਉਹ ਮੁੰਡਾ ਮੇਰੇ ਕੋਲ ਕਹਿੰਦਾ ਇਹ ਕਹਿ ਕੀ ਗਿਆ ਰੀਣਕ ਉਹ ਕੀ ਆ ਰੀਣਕ ਕਹਿੰਦਾ ਕੀ ਕਹਿੰਦਾ ਸੀ ਮੈਂ ਕਿਹਾ ਰੀਣਕ ਬੜਾ ਲਿਖਿਆ ਕਰ ਕਹਿੰਦਾ ਕਹਿੰਦਾ ਇਹ ਕੀ ਹੁੰਦਾ ਮੈਂ ਕਿਹਾ ਫਿਰ ਮਾੜਾ ਜਿਹਾ ਬੜਾ ਲਿਖਿਆ ਕਰ ਮੈਂ ਕਿਹਾ ਜਿੱਦਾਂ ਕਹੀਦਾ ਹੁੰਦਾ ਕਹਿੰਦਾ ਰੀਣਕ ਕੀ ਮੈਂ ਕਿਹਾ ਹੁਣ ਤੂੰ ਤੈਨੂੰ ਪਤਾ ਨੀ ਹੈ ਵੀ ਕਣਕ ਕੀ ਚੀਜ਼ ਵਾ ਹਨਾ ਉਹ ਕਿੱਦਾਂ ਕੱਢੀ ਦੀ ਆ ਕਣਕ ਜਦੋਂ ਉਦੋਂ ਮਸ਼ੀਨਾਂ ਹੁੰਦੀਆਂ ਸੀ ਉਹਨੂੰ ਹੁਣ ਨਾ ਤਾਂ ਘੁੰਡੀ ਦਾ ਪਤਾ ਕੀ ਹੋਣੀ ਆ ਨਾ ਤੂੜੀ ਦਾ ਪਤਾ ਹੋਣਾ ਕੀ ਹੋਣੀ ਆ ਜਦ ਜਦ ਪਸ਼ੂਆਂ ਨੂੰ ਹਨਾ ਉਹਨਾਂ ਸੰਨੀ ਰਲਾਈ ਹੋਣੀ ਆ ਨਾ ਉਹਨੇ ਫਿਰ ਉਸ ਵੇਲੇ ਉਹ ਛਾਣੀ ਛਾਣੀ ਹੋਣੀ ਆ ਹਨਾ ਜੇਲੇ ਛਾਣੀ ਦੀ ਆ ਫਿਰ ਜਿਹੜਾ ਘੱਟਾ ਨਿਕਲਦਾ ਤੂੜੀ ਚੋਂ ਮੈਂ ਕਿਹਾ ਉਹਨੂੰ ਸਾਡੇ ਮੈਨੂੰ ਹੁਣ ਮੈਂ ਮੈਨੂੰ ਪੂਰਾ ਨੀ ਪਤਾ ਵੀ ਮਾਲ ਵਿੱਚ ਕੁਛ ਹੋਰ ਨਾ ਕਹਿੰਦੇ ਹੁਣ ਪਰ ਦੁਆਬੇ ਚ ਸਾਡੇ ਮੈਂ ਕਿਹਾ ਉਹਨੂੰ ਰੀਣ ਕਹਿੰਦੇ ਆ ਜਿਹੜੀ ਬਹੁਤ ਬਰੀਕ ਮਿੱਟੀ ਵਰਗੀ ਤੂੜੀ ਹੋ ਜਾਂਦੀ ਆ ਉਹ ਪਸ਼ੂਆਂ ਲਈ ਮਾੜੀ ਵੀ ਹੁੰਦੀ ਆ ਉਹ ਬੈਠ ਜਾਂਦੀ ਉਹਨਾਂ ਦੇ ਜਿੱਕ ਬਹਿ ਜਾਂਦੀ ਢਿੱਡ ਚ ਤੇ ਮੈਂ ਕਿਹਾ ਉਹ ਜਿੱਦਾਂ ਫਾਈਨ ਡਸਟ ਵਰਗਾ ਜਿਹੜਾ ਪੀ ਚੀਜ਼ ਵਾ ਉਹ ਰੀਣ ਵਾ ਹਨਾ ਸੋ ਆਪਣੇ ਨਾ ਇਹ ਮਾੜਾ ਜਿਹਾ ਵੀ ਕਹਿ ਦਿੰਦੇ ਆ ਰੀਣਕ ਹਨਾ ਤੇ ਇੱਦਾਂ ਦਾ ਲਫ਼ਜ਼ ਨਾਲ ਲਾ ਦੇਣਾ ਉਹਦੇ ਨਾਲ ਇੱਦਾਂ ਇੱਦਾਂ ਹੋ ਜਾਂਦਾ ਸਾਡੇ ਨਾ ਪੁਲਿਸ ਦੀ ਜਗ੍ਹਾ ਹੀ ਆ ਇਹ ਥੋੜਾ ਜਿਹਾ ਤਾਂ ਮੈਂ ਕਹਿੰਦਾ ਕਈ ਵਾਰੀ ਆ ਦੇਖਿਓ ਜੀ ਆ ਮਾੜਾ ਜਿਹਾ ਮਾੜਾ ਜਿਹਾ ਪੇਪਰੇ ਨੂੰ ਹੋਇਓ ਜੀ ਹਨਾ ਆਹੋ 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 ਮਾੜੀ ਜਿਹੀ ਜਗ੍ਹਾ ਤੇ ਮਾੜੀ ਜਿਹੀ ਜਗ੍ਹਾ ਆਪਾਂ ਪੁਲਿਸ ਦੀ ਜਗ੍ਹਾ ਵੀ ਮਾੜਾ ਜਿਹਾ ਫਿਰ ਸਾਰੀ ਨੀ ਜਗ੍ਹਾ ਚਾਹੀਦੀ ਥੋੜੀ ਚਾਹੀਦੀ ਆ ਆਹੋ ਨਹੀਂ ਸਾਡੇ ਉਹ ਕਹਿੰਦੇ ਨੇ ਸਿੰਧੀ ਤਾਜ ਨੇ ਆ ਕੇ ਕਹਿਣਾ ਗੁਰਬਖਸ਼ ਕਰੇ ਇੰਨੀ ਕਦਾਲ ਦੇਈ ਹਨਾ ਮੈਨੂੰ ਇੱਕ ਗੱਲ ਯਾਦ ਆ ਗਈ ਸੱਜਰੇ ਚੱਲੇ ਮਕਲਾਵੇ ਨਾ ਫਿਰ ਗਾਣਾ ਕਰਨ ਚਲ ਗਏ ਬੰਬੇ ਵੀਡੀਓ ਕਰਨ ਚਲ ਗਏ ਹਨਾ ਤੇ ਆਪਣਾ ਪਿਆਰਾ ਭਰਾ ਦਿਲਵਾਗ ਸਾਡੇ ਨਾਲ ਅਸੀਂ ਜਿਹੜੀ ਵੀ ਗੱਲ ਕਰੀਏ ਉਹਦੇ ਤੇ ਲਾਈ ਜਾਈਏ ਪਹਿਲਾਂ ਤਾਂ ਉਹ ਹੱਸਣ ਲੱਗ ਪਿਆ ਕਹਿੰਦਾ ਮੈਨੂੰ ਤਾਂ ਯਾਰ ਤੁਸੀਂ ਮਨੋਰੰਜਨ ਲਈ ਨਾਲ ਲਿਆਉਂਦਾ ਆ ਮੈਂ ਕਿਹਾ ਨਹੀਂ ਮਨੋਰੰਜਨ ਨੂੰ ਨੀ ਯਾਰ ਮੈਂ ਕਿਹਾ ਮਾੜਾ ਜਿਹਾ ਯਾਰ ਪ੍ਰੈਸ ਕਰੀ ਮੈਨੂੰ ਕਹਿੰਦਾ ਇੱਕ ਗੱਲ ਦੱਸ ਯਾਰ ਵੀ ਮਾੜੀ ਜਿਹੀ ਕਰਨੀ ਕਿ ਸਹੀ ਕਰਨੀ ਮੈਂ ਕਿਹਾ ਮਾੜਾ ਜਿਹਾ ਪ੍ਰੈਸ ਦਾ ਮਤਲਬ ਪਲੀਜ ਇਹੀ ਆ ਵੀ ਯਾਰ ਤੂੰ ਜਿੱਥੇ ਬੰਦਾ ਜਿਹੜਾ ਜੰਮ ਪੈਂਦਾ ਜਿਹੜਾ ਕਲਚਰ ਉਹਦੇ ਵਿੱਚ ਹੁੰਦਾ ਉਹਨੂੰ ਬੜਾ ਖੁਸ਼ੀ ਖੁਸ਼ੀ ਜਿਉਣਾ ਚਾਹੀਦਾ ਹਰ ਇੱਕ ਬੋਲੀ ਜਿਹੜੀ ਉਹ ਬ੍ਰਹਿਮੰਡ ਦੀ ਇੱਕ ਤਾਕੀ ਆ ਹਨਾ ਸਹੀ ਗੱਲ ਅਸੀਂ ਜਿਹੜਾ ਦੁਨੀਆ ਨੂੰ ਦੇਖਦੇ ਹਾਂ ਅਸੀਂ ਆਪਣੀ ਨਜ਼ਰ ਨਾਲ ਦੇਖਦੇ ਹਾਂ ਅੱਜ ਸੰਗਤਾਰ ਬੜੇ ਪਿਆਰੇ ਸੱਜਣ ਘਰ ਮਿਲਣ ਆਏ ਉਹ ਗੱਲ ਕਰਦੇ ਸੀ ਪੋਡਕਾਸਟਾਂ ਤੇਰੀਆਂ ਜਿਹੜੀਆਂ ਸੁਣਦੇ ਆ ਉਹ ਸਾਰੀਆਂ ਅੱਛਾ ਕਹਿੰਦੇ ਵੀ ਸੰਗਤਾਰ ਭਾਜੀ ਦੀਆਂ ਗੱਲਾਂ ਜਿਹੜੀਆਂ ਕਿੰਨੀਆਂ ਯਾਦ ਉਹਨਾਂ ਨੂੰ ਆ ਤੇ ਪੁਰਾਣੀ ਤੋਂ ਪੁਰਾਣੀ ਤੇ ਇਸੇ ਤਰ੍ਹਾਂ ਜਿਹੜੇ ਆਰਟਿਸਟ ਆ ਉਹ ਕਹਿੰਦੇ ਵੀ ਉਹ ਗੱਲ ਕਰਨ ਲੱਗੇ ਝਿਜਕਦੇ ਨੀ ਵੀ ਇਹ ਮੈਨੂੰ ਗੱਲ ਦੱਸਣੀ ਚਾਹੀਦੀ ਕਿ ਨਹੀਂ ਦੱਸਣੀ ਚਾਹੀਦੀ ਉਹਦੇ ਵਿੱਚੋਂ ਸਾਨੂੰ ਉਹਨਾਂ ਦਾ ਅੰਦਰਲਾਪਣ ਜਿਹੜਾ ਉਹਨਾਂ ਦਾ ਅਸਲੀ ਵਿਅਕਤੀਤਵ ਆ ਉਹ ਸਾਹਮਣੇ ਆਉਂਦਾ ਹਨਾ ਸਾਨੂੰ ਪਤਾ ਲੱਗਦਾ ਉਹ ਅਸਲੀਅਤ ਚ ਬੰਦੇ ਕਿੱਦਾਂ ਦੇ ਆ ਜਿਹੜੀ ਹੋਰ ਕਈ ਵਾਰੀ ਇੰਟਰਵਿਊ ਚ ਹੁੰਦਾ ਵੀ ਕਿੱਥੋਂ ਸਿੱਖਿਆ ਕਦੋਂ ਆ ਗਏ ਪਰ ਜਦੋਂ ਤੁਸੀਂ ਆਪਣੇ ਨਾਲ ਜਿਹੜੀ ਜਿਹੜੀ ਬੀਤੀ ਉਹ ਆ ਨਾ ਗੱਲ ਤੁਹਾਡੇ ਨਾਲ ਜਦੋਂ ਤੁਸੀਂ ਉਹ ਸੁਣਾਉਣ ਲੱਗਦੇ ਆ ਤੁਸੀਂ ਇਹ ਭੁੱਲ ਜਾਂਦੇ ਆ ਤੁਸੀਂ ਕਿੱਥੇ ਖੜੇ ਆ ਫਿਰ ਤੁਹਾਡਾ ਲਹਿਜਾ ਵੀ ਉਹੀ ਹੋ ਜਾਂਦਾ ਲਹਿਜਾ ਵੀ ਉਹੀ ਹਾਂ ਜਿੱਦਾਂ ਦਾ ਤੁਸੀਂ ਮਾਹੌਲ ਚ ਸੀਗੇ ਉਸ ਵੇਲੇ ਹਨਾ ਤੇ ਤੁਸੀਂ ਬੰਦੇ ਵੀ ਉਦਾਂ ਦੇ ਹੋ ਜਾਂਦੇ ਆ ਜਦੋਂ ਤੁਸੀਂ ਉਹ ਗੱਲ ਸੁਣਾਉਂਦੇ ਆ ਤੁਸੀਂ ਜੋ ਕੁਛ ਅੱਜ ਆ ਉਹ ਨਹੀਂ ਰਹਿ ਜਾਂਦੇ ਫਿਰ ਉਹ ਜਿੱਦਾਂ ਦੇ ਉਦੋਂ ਸੀਗੇ ਜਦੋਂ ਉਹ ਗੱਲ ਵਾਪਰੀ ਸੀਗੀ ਉਦਾਂ ਦੇ ਹੋ ਜਾਂਦੇ ਆ ਉਹ ਮਨ ਚ ਫਿਲਮ ਚੱਲ ਪੈਂਦੀ ਨਾ ਜਿਹੜੇ ਆਰਟਿਸਟ ਆ ਨਾ ਜਿੰਨੇ ਵੀ ਬੜੇ ਪਿਆਰੇ ਸਾਡੇ ਸੱਜਣ ਸਾਰੇ ਤੂੰ ਲੈ ਕੇ ਆਇਆ ਪੋਡਕਾਸਟ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਉਹ ਮੁੰਡੇ ਬੜੇ ਪਿਆਰੇ ਸੀਗੇ ਉਹ ਬਹੁਤ ਖੁਸ਼ ਸੀਗੇ ਉਹ ਕਹਿੰਦੇ ਸਾਡੇ ਤਾਂ ਉਹ ਗੱਲਾਂ ਜਾਣੀ ਕਿ ਦਿਲ ਚ ਇੰਨੀਆਂ ਵਸਦੀਆਂ ਵੀ ਅਸੀਂ ਆਪਣੇ ਆਪ ਤੇ ਉਹਨਾਂ ਨੂੰ ਲਾਗੂ ਕਰਦੇ ਹਾਂ ਹਰੇਕ ਆਰਟਿਸਟ ਦਾ ਇੱਕ ਵੱਖਰਾ ਵਿਅਕਤੀਤਵ ਤੇ ਇੱਕ ਵੱਖਰੀ ਸੋਚ ਤੇ ਸਾਨੂੰ ਸਾਰੀਆਂ ਇਕੱਠੀਆਂ ਮਿਲ ਰਹੀਆਂ ਸੀ ਉਹਨਾਂ ਨੂੰ ਸਾਰੀਆਂ ਨੂੰ ਜਿਉ ਸਕਦੇ ਹਾਂ ਹਨਾ ਸੋ ਮੈਂ ਵੀ ਉਹਨਾਂ ਨੂੰ ਇਹੀ ਕਹਿੰਦਾ ਸੀ ਮੈਂ ਕਿਹਾ ਜੋ ਕੁਛ ਤੁਹਾਡੇ ਨਾਲ ਵਾਪਰਿਆ ਆ ਉਹਨੂੰ ਲੁਕਾਉਣਾ ਨਹੀਂ ਕਦੇ ਵੀ ਉਹ ਤੁਹਾਡਾ ਸਰਮਾਇਆ ਆ ਹਨਾ ਉਹ ਤੁਹਾਡੀ ਪਹਿਲੀ ਪੌੜੀ ਆ ਜੇ ਕਦੇ ਡਿੱਗ ਵੀ ਪਏ ਆ ਤੁਸੀਂ ਤਾਂ ਉਹ ਉਹਨੂੰ ਐਕਸਪੀਰੀਅੰਸ ਚ ਗਿਣੋ ਉਹਨੂੰ ਤਜਰਬੇ ਚ ਗਿਣੋ ਤੇ ਅੱਗੇ ਵਧੋ ਉਹਨੂੰ ਐਕਸਪੀਰੀਅੰਸ ਚ ਗਿਣੋ ਇੱਕ ਮੈਂ ਹੋਰ ਵੇਖੀ ਗੱਲ ਕਿ ਜਦੋਂ ਤੁਸੀਂ ਆਪਣੀ ਕੋਈ ਮੱਲ ਦੀ ਗੱਲ ਕਿਸੇ ਨੂੰ ਦੱਸੋ ਨਾ ਕਹਾਣੀ ਸੁਣਾਓ ਉੱਥੇ ਮੈਂ ਫਲਾਨੀ ਮੱਲ ਮਾਰੀ ਤਾਂ ਮੋਰਲਾ ਸੁਣਨ ਵਾਲਾ ਕਹਿੰਦਾ ਯਾਰ ਬੜਾ ਇਹ ਤਾਂ ਬੰਦਾ ਚਾਮ ਲਿਆ ਆ ਹਨਾ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਕਰਦਾ ਤੇ ਜੇ ਤੁਸੀਂ ਉਹਨੂੰ ਸੁਣਾਓ ਕਿ ਅਸੀਂ ਤੇਰੇ ਤਾਂ ਹੀ ਆਉਣ ਲਈ ਡਿੱਗ ਡਿੱਗ ਕੇ ਤੁਰਨਾ ਸਿੱਖਦੇ ਹਾਂ ਆਪਣੇ ਮੰਗਲ ਹਠੂਰ ਹੁਣੀ ਗਾਣਾ ਵੀ ਲਿਖਿਆ ਆ ਤੇ ਉਹ ਜਦੋਂ ਤੁਸੀਂ ਆਪਣੇ ਡਿੱਗਣ ਦੀ ਗੱਲ ਦੱਸਦੇ ਆ ਤਾਂ ਮੋਰਲਾ ਬੰਦਾ ਕਹਿੰਦਾ ਯਾਰ ਦੇਖ ਕਿੰਨਾ ਮਹਾਨ ਬੰਦਾ ਆ ਮੈਂ ਸੰਗਤਾਰ ਉਹਨਾਂ ਨੂੰ ਇੱਕ ਗੱਲ ਸੁਣਾਈ ਆਪਣੇ ਸ਼ੁਰੂ ਵਾਲੇ ਦਿਨਾਂ ਦੀ ਸੰਗਰੂਰ ਜ਼ਿਲ੍ਹੇ 'ਚ ਮੇਰਾ
ਸਾਡਾ ਪ੍ਰੋਗਰਾਮ ਸੀ ਪਿੰਡਾਂ ਚ ਪ੍ਰੋਗਰਾਮ ਉਦੋਂ ਹੁੰਦੇ ਸੀਗੇ 94-95 ਚ ਤੇ ਅਸੀਂ ਬਾਹਰ ਨਾ ਮਰੂਤੀ 800 ਲਾ ਕੇ ਖੜੇ ਜਿਹਨਾਂ ਦਿਨਾਂ ਚ ਮਰੂਤੀ ਮੈਥੋਂ ਕਾਰ ਹੁੰਦੀ ਸੀ ਤੇ ਉਹ ਕਾਰ ਲਾ ਕੇ ਖੜੇ ਤਾਂ ਸਪੀਕਰ ਤੇ ਸਾਨੂੰ ਆਨੰਦ ਕਾਰਜ ਸੁਣ ਰਹੇ ਆ ਹੋ ਰਹੇ ਤੇ ਉਹ ਤੋਂ ਬਾਅਦ ਉਹ ਕਹਿੰਦੇ ਜੀ ਯਾਰ ਰਿਟਾਇਰਡ ਐਸ ਪੀ ਸਾਹਿਬ ਆਏ ਆ ਇਹ ਨਾ ਪਿਆਰ ਦੇਣਗੇ ਜੋੜੀ ਨੂੰ ਤੇ ਉੱਠ ਕੇ ਖੜਾ ਹੋਇਆ ਕਹਿੰਦਾ ਜੀ ਜੋੜੀ ਨੂੰ ਪਿਆਰ ਮਾਤਾ ਪਿਤਾ ਨੂੰ ਬਹੁਤ ਪਿਆਰ ਤੇ ਕਹਿੰਦਾ ਬਚੋਲਾ ਸਾਹਿਬ ਦਾ ਬਹੁਤ ਧੰਨਵਾਦ ਉਹਨਾਂ ਨੇ ਇਸ ਕੇਸ ਵਿੱਚ ਬਹੁਤ ਅੱਛੀ ਭੂਮਿਕਾ ਨਿਭਾਈ ਹੈ ਪਰ ਮੈਂ ਗੱਲ ਤੈਨੂੰ ਹੋਰ ਸੁਣਾਉਣੀ ਸੀ ਹੈ ਨਾ ਗੱਲ ਮੇਰੇ ਮਨ ਚ ਹੋ ਰਹੀ ਉਹ ਜਿਹੜੇ ਨਿਆਣੇ ਸਾਨੂੰ ਛੇੜਦੇ ਸੀਗੇ ਨਾ ਏਦਾਂ ਕਾਰ ਦੇ ਕੋਲ ਸ਼ੀਸ਼ੇ ਦੇ ਨਾਲ ਅੱਖਾਂ ਲਾ ਕੇ ਦੌੜ ਜਾਂਦੇ ਸੀ ਤੇ ਉਹ ਬਿੱਲਾ ਬਾਹਰ ਨਿਕਲਿਆ ਬਿੱਲਾ ਡਾਕਾ ਮਾਰਿਆ ਚਲੋ ਦੌੜੋ ਇੱਥੋਂ ਹਨਾ ਉਹ ਨਾਲੇ ਨਿਆਣੇ ਦੌੜ ਗਏ ਨਾਲੇ ਕਹਿੰਦੇ ਹਾਕਮ ਬਖਤੜੀ ਵਾਲਾ ਕਿਉਂਕਿ ਉਹ ਬਹੁਤ ਪਿਆਰਾ ਸਿੰਗਰ ਸਾਡੇ ਹਾਕਮ ਬਖਤੜੀ ਭਰਾ ਆਪਣਾ ਉਹ ਉਹਨਾਂ ਦਿਨਾਂ ਚ ਕਿਤੇ ਮੇਤੋਂ ਪਹਿਲਾਂ ਅਖਾੜਾ ਲਾ ਕੇ ਗਏ ਹੋਣੇ ਉਸ ਪਿੰਡ ਚ ਉਹ ਚੀਜ਼ ਜਿਹੜੀ ਕਿ ਖੁਸ਼ੀ ਦਿੰਦੀ ਆ ਮੈਨੂੰ ਅੱਜ ਵੀ ਜਦ ਮੈਂ ਉਹ ਚੇਤੇ ਕਰਦਾ ਸੋ ਵਧੀਆ ਪੁਰਾਣੀਆਂ ਯਾਦਾਂ ਸਾਂਭ ਕੇ ਰੱਖੋ ਮਰੂਤੀ ਕਾਰ ਵਾਂਗੂ ਦਿਲ ਦੇ ਵਿੱਚ ਤੇ ਆਪਣੇ ਸੱਜਣਾ ਮਿੱਤਰਾਂ ਨਾਲ ਸਾਂਝੀਆਂ ਕਰਕੇ ਉਹਨਾਂ ਨਾਲ ਖੁਸ਼ੀ ਮਨਾਇਆ ਕਰੋ ਪਛਤਾਵੇ ਨਹੀਂ ਰੱਖਣੇ ਦਿਲ ਚ ਬਸ ਪਛਤਾਵਿਆਂ ਨੂੰ ਪੋਚਾ ਮਾਰ ਦਿਓ ਵਧੀਆ ਯਾਦਾਂ ਰੱਖੋ ਜਿਹੜੀਆਂ ਤੁਹਾਨੂੰ ਖੁਸ਼ੀ ਦਿੰਦੀਆਂ ਯਾਦ ਕਰਕੇ ਬਿਲਕੁਲ ਜੀ ਬਿਲਕੁਲ ਚਲੋ ਸਾਰੇ ਦੇਖਣ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਖੁਸ਼ ਰਹੋ ਪਿਆਰ ਨਾਲ ਰਹੋ ਖੁਸ਼ੀਆਂ ਮਾਣੋ ਧੰਨਵਾਦ ਪੰਜਾਬੀ ਪੋਡਕਾਸਟ ਨੂੰ ਸੁਣਨ ਲਈ ਬਹੁਤ ਬਹੁਤ ਧੰਨਵਾਦ ਅਸੀਂ ਹਰ ਹਫ਼ਤੇ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਹਾਂ ਜੇ ਤੁਹਾਨੂੰ ਪੰਜਾਬੀ ਪੋਡਕਾਸਟ ਪਸੰਦ ਆਉਂਦੀ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹਨੂੰ ਪੋਡਕਾਸਟ ਦੇ ਪ੍ਰੋਗਰਾਮਾਂ ਦੇ ਵਿੱਚ ਲਾਈਕ ਕਰੋ ਫੋਲੋ ਕਰੋ ਕਮੈਂਟ ਕਰੋ ਅਤੇ ਆਪਣੇ ਕਿਸੇ ਮਿੱਤਰ ਦੋਸਤ ਦੇ ਨਾਲ ਇਹਨੂੰ ਸ਼ੇਅਰ ਕਰੋ ਅਤੇ ਮੈਨੂੰ ਆਗਿਆ ਦਿਓ ਅਗਲੇ ਹਫ਼ਤੇ ਇੱਕ ਨਵਾਂ ਐਪੀਸੋਡ ਲੈ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ